ਸ਼ਰੀਆਮ ਕਿਦਰੇ ਸਿੱਖਾਂ ਦੀ ਨਸਲ ਕੁਸ਼ੀ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਫਿਰ ਸਿੱਖ ਰਾਸ਼ਟਰ ਦੀਆਂ ਗੱਲਾਂ ਕਰਨ ਵਾਲੇ ਜਿਹੜੇ ਆ ਉਹ ਗਲਤ ਕਿਵੇਂ ਹੋ ਸਕਦੇ ਪੂਰੀ ਦੀ ਪੂਰੀ ਕੌਮ ਨੂੰ ਖਤਮ ਕਰਨ ਦੀ ਜਿਹੜੀ ਚੁਣੌਤੀ ਦਿੱਤੀ ਗਈ ਹੈ ਸਤਖੰਡ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕਰਨ ਦੀ ਚੁਣੌਤੀ ਦਿੱਤੀ ਗਈ ਹੈ ਬੜੇ ਬੜੇ ਜਿਹੜੇ ਹੈ ਉਹ ਅਤਿਆਚਾਰਨ ਕਰਨ ਦੇ ਦਾਅਵੇ ਕਰਨ ਵਾਲੇ ਲੋਕ ਜਿਹੜੇ ਆ ਇਹ ਜੇਲਾ ਚ ਬੰਦ ਕਰਨੇ ਪੈਣ ਜੇ ਰਜੀਵ ਗਾਂਧੀ ਦੇ ਕਾਤਲ ਜਿਹੜੇ ਨੇ ਉਹ ਰਹਾ ਹੋਏ ਨੇ ਤਾਂ ਬੰਦੀ ਸਿੰਘਾਂ ਨੂੰ ਵੀ ਰਹਾ ਕਰਨ ਬਾਰੇ ਤੁਹਾਨੂੰ ਸੋਚਣਾ ਪਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਅੰਦਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਸਿੱਖਾਂ ਪ੍ਰਤੀ ਨਫ਼ਰਤ ਪਾਓ ਫਲਾਉਣ ਦੇ ਜਿਹੜੇ ਯਤਨ ਹੈ ਉਹ ਬੜੀ ਤੇਜ਼ੀ ਨਾਲ ਵਧ ਰਹੇ ਹੈ ਸ਼ਰਿਆਮ ਕਿਦਰੇ ਸਿੱਖਾਂ ਦੀ ਨਸਲ ਕੁਸ਼ੀ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਉੱਤੇ ਹਮਲਾ ਕਰਨ ਦੀਆਂ ਜੜੀਆਂ ਨੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਔਰ ਇਸ ਸਾਰੇ ਮਾਹੌਲ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਮੂਕ ਦਰਸ਼ਕ ਬਣੀ ਹੋਈ ਹੈ ਤੇ ਐਸੀਆਂ ਗੱਲਾਂ ਨੂੰ ਸਿੱਖ ਕਿਸੇ ਵੀ ਕੀਮਤ ਦੇ ਉੱਤੇ ਉਹ ਬਰਦਾਸ਼ਤ ਨਹੀਂ ਕਰਨਗੇ ਜੇ ਇਸ ਮੁਲਕ ਦੇ ਵਿੱਚ ਹਿੰਦੂ ਰਾਸ਼ਟਰ ਦੇ ਦਾਅਵੇ ਕਰਨੇ ਜਾਂ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਨੀਆਂ ਗਲਤ ਨਹੀਂ ਹੈ ਤਾਂ ਫਿਰ ਸਿੱਖ ਰਾਸ਼ਟਰ ਦੀਆਂ ਗੱਲਾਂ ਕਰਨ ਵਾਲੇ ਜਿਹੜੇ ਆ ਉਹ ਗਲਤ ਕਿਵੇਂ ਹੋ ਸਕਦੇ ਜਿਸ ਗੱਲ ਨੂੰ ਆਧਾਰ ਬਣਾ ਕੇ ਸਿੱਖਾਂ ਖਲਾਫ ਨਫ਼ਰਤ ਭਰਿਆ ਪ੍ਰਚਾਰ ਹੋ ਰਿਹਾ ਅੱਜ ਕਿੰਨੇ ਦਿਨ ਹੋ ਗਏ ਐ ਸਚਖੰਦ ਸ੍ਰੀ ਹਰਮੰਦਰ ਸਾਹਿਬ ਜੀ ਨੂੰ وڑਾਉਂਦੀਆਂ ਧਮਕੀਆਂ ਦੇ ਨਾਲੇ ਅਜੇ ਤੱਕ ਵੀ ਜਿਹੜੇ ਆ ਉਹ ਸਰਕਾਰੀ ਸਿਕਿਉਰਿਟੀ ਦੇ ਵਿੱਚ ਵਿਚਰਦੇ ਫਿਰਦੇ ਆ ਕਿਉਂ ਨਹੀਂ ਸਰਕਾਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਦੀ ਜੇ ਕਿਸੇ ਵਿਅਕਤੀ ਨੂੰ ਖੱਟ ਕੀਤਾ ਜਾਵੇ ਤੇ ਉਹਦੇ ਤੇ ਵੀ ਜਿਹੜਾ سنگੀਨ ਧਾਰਾ ਤਹਿਤ ਪਰਚਾ ਹੋ ਜਾਂਦਾ ਤੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਤੇ ਇੱਥੇ ਪੂਰੀ ਦੀ ਪੂਰੀ ਕੌਮ ਨੂੰ ਖਤਮ ਕਰਨ ਦੀ ਜਿਹੜੀ ਚੁਣੌਤੀ ਦਿੱਤੀ ਗਈ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕਰਨ ਦੀ ਚੁਣੌਤੀ ਦਿੱਤੀ ਗਈ ਹੈ ਤੇ ਉਸ ਵਿਅਕਤੀ ਨੂੰ ਕੁਝ ਵੀ ਨਹੀਂ ਕਿਹਾ ਜਾ ਰਿਹਾ ਜੇ ਇਹੋ ਹੀ ਧਮਕੀ ਕਿਸੇ ਗੈਰ ਹਿੰਦੂ ਵੱਲੋਂ ਕਿਸੇ ਹਿੰਦੂ ਵੱਡੇ ਤੀਰਥ ਬਾਰੇ ਦਿੱਤੀ ਗਈ ਹੁੰਦੀ ਪਰ ਸ਼ਾਇਦ ਅਜ ਉਹ ਜੇਲ੍ਹ ਦੇ ਵਿੱਚ ਬੰਦ ਹੁੰਦਾ ਤੇ ਕਦੇ ਨਿਕਲ ਵੀ ਨਾ ਪਾਉਂਦਾ ਪਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਸਿੱਖਾਂ ਨਾਲ ਪੱਖਪਾਤ ਜਿਹੜਾ ਹੋ ਰਿਹਾ ਇਹ ਗੱਲਾਂ ਸਾਬਤ ਕਰ ਰਹੀਆਂ ਨੇ ਪਰ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਿੱਖਾਂ ਦੇ ਮਸਲੇ ਜਿਹੜੇ ਆ ਉਹਨੂੰ ਤੁਰੰਤ ਹੱਲ ਕਰੇ ਜੇ ਰਜੀਵ ਗਾਂਧੀ ਦੇ ਕਾਤਲ ਜਿਹੜੇ ਆ ਰਿਹਾ ਹੋ ਸਕਦੇ ਐ ਤੇ ਫਿਰ ਸਿੱਖ ਬੰਦੀ ਜਿਹੜੇ ਹੈ ਉਹ ਰਿਹਾ ਕਿਉਂ ਨਹੀਂ ਹੋ ਰਿਹਾ ਹੋ ਸਕਦੇ ਕੀ ਇਹ ਪੱਕਾ ਪਾਤ ਨਹੀਂ ਇਸ ਮੁਲਕ ਦੇ ਵਿੱਚ ਦੋ ਕਾਨੂੰਨ ਚੱਲਦੇ ਨੇ ਇੱਕ ਸਿੱਖਾਂ ਲਈ ਹੈ ਇੱਕ ਮੁਸਲਮਾਨਾਂ ਲਈ ਹੈ ਔਰ ਇੱਕ ਭੌਗੈਂਤੀ ਲਈ ਹੈ ਹਿੰਦੂਆਂ ਲਈ ਹੈ ਤੇ ਜੇ ਇੱਕ ਮੁਲਕ ਦੇ ਵਿੱਚ ਇੰਨੇ ਕਾਨੂੰਨ ਚੱਲਦੇ ਆ ਤੇ ਇਹ ਮੁਲਕ ਜਿਹੜਾ ਹੈ ਉਹ ਅਖੰਡ ਕਿਵੇਂ ਰਹਿ ਸਕਦਾ ਜੇ ਦੇਸ਼ ਨੂੰ ਤੁਸੀਂ ਅਖੰਡ ਰੱਖਣ ਦਾ ਦਾਵਾ ਕਰਦੇ ਹੋ ਤਾਂ ਫਿਰ ਇਸ ਮੁਲਕ ਦੇ ਵਿੱਚ ਇੱਕ ਕਾਨੂੰਨ ਜਿਹੜਾ ਹੈ ਉਹ ਤੁਹਾਨੂੰ ਲਾਗੂ ਕਰਨਾ ਪੈਗਾ ਇੱਕ ਕਾਨੂੰਨ ਦਾ ਮਤਲਬ ਹੈ ਕਿ ਪੱਖਪਾਤ ਤੋਂ ਰਹਿਤ ਤੁਹਾਨੂੰ ਜਿਹੜਾ ਸਾਰਿਆਂ ਨਾਲ ਵਰਤਾਓ ਕਰਨਾ ਪਵੇਗਾ ਬੰਦੀ ਸਿੰਘ ਰਿਹਾ ਕਰਨੇ ਪੈਣਗੇ ਜੇ ਰਜੀਵ ਗਾਂਧੀ ਦੇ ਕਾਤਲ ਜਿਹੜੇ ਨੇ ਉਹ ਰਿਹਾ ਹੋਏ ਨੇ ਤਾਂ ਬੰਦੀ ਸਿੰਘਾਂ ਨੂੰ ਵੀ ਰਿਹਾ ਕਰਨ ਬਾਰੇ ਤੁਹਾਨੂੰ ਸੋਚਣਾ ਪਵੇਗਾ ਰਿਹਾ ਕਰਨੇ ਪੈਣਗੇ ਤੁਹਾਨੂੰ ਸਿੱਖਾਂ ਦੇ ਉੱਤੇ बड़े-बड़े ਜਿਹੜੇ ਹੈ ਉਹ ਅਤਿਆਚਾਰਨ ਕਰਨ ਦੇ ਦਾਅਵੇ ਕਰਨ ਵਾਲੇ ਲੋਕ ਜਿਹੜੇ ਹੈ ਇਹ ਜੇਲਾ ਚ ਬੰਦ ਕਰਨੇ ਪੈਣਗੇ ਤਾਂ ਫੇਰ ਹੀ ਜਿਹੜਾ ਹੈ ਇਸ ਕੰਟਰੀ ਦੇ ਵਿੱਚ ਇਸ ਮੁਲਕ ਦੇ ਵਿੱਚ ਅਸੀਂ ਜਿਹੜਾ ਹੈ ਉਹ ਚੈਨ ਅਮਨ ਦੇ ਨਾਲ ਔਰ ਆਪਸੀ ਪਾਈਚਾਰੇ ਦੇ ਨਾਲ ਰਹਿ ਸਕਦੇ ਹਾਂ। ਔਰ ਰਹਿਣਾ ਵੀ ਚਾਹੁੰਦੇ ਹਾਂ ਅਸੀਂ। ਅਸੀਂ ਅਮਨ ਦੇ ਨਾਲ ਪਾਈਚਾਰੇ ਦੇ ਨਾਲ ਸਤਿਭਾਵਨਾ ਦੇ ਨਾਲ ਰਹਿਣਾ ਵੀ ਚਾਹੁੰਦੇ ਹਾਂ। ਅਸੀਂ ਗੱਲ ਨਹੀਂ ਹੈ ਕਿ ਅਸੀਂ ਅਮਨ ਪਾਈਚਾਰਾ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਾਂ, ਬਿਲਕੁਲ ਨਹੀਂ ਕਰਨਾ ਚਾਹੁੰਦੇ। ਪਰ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਹਾਂ ਇਸੇ ਖੰਡ ਨਾਲ ਇਨਸਾਫ ਕੀਤਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ